ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਬਦਲਾਬਾਲ ਤੇ ਲੁਧਰਾ ਬਾਲ ਖੇਡ ਮੈਦਾਨ ਤੇ ਜਾਣ ਤਕੜਾ ਕਬੱਡੀ ਦਾ ਸਿਰਾ 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 ਦਰਸ਼ ਕਰੋ ਤਾੜੀਆਂ ਜ਼ੋਰਦਾਰ ਮਾਰ ਦੋ ਤਾੜੀਆਂ ਜ਼ੋਰਦਾਰ ਖੇਡ ਦੇ ਮੈਦਾਨ ਵਿੱਚ ਭੈਣੇ ਮੈਨੂੰ ਲੱਗਦਾ ਅੱਜ ਦੀ ਰਾਤ ਤਾਂ ਪਊਗੀ ਇੱਥੇ ਹੀ ਜੀ ਸਾਹਿਬ ਜਿਹਨੇ ਵਰਲਡ ਕਬੱਡੀ ਕੱਪ ਚ ਕਪਤਾਨੀ ਕੀਤੀ ਹੈ ਸੁਖੀ ਦਾ ਕਹਿੰਦੇ ਬਦਲਾ ਬਾਲ ਪਿੰਡ ਹੈ ਖੇਡ ਮੈਦਾਨ ਚ ਬਦਲਾ ਬਾਲ ਦੀ ਸੁਖੀ ਕਬੱਡੀ ਪਾਉਣ ਵਾਸਤੇ ਵਾਧੀ ਹੈ ਇੱਕ ਕੰਨੀ ਤੇ ਕਹਿੰਦੇ ਸੰਦੀਪ ਦਾ ਲੁੱਧੜ ਪਿੰਡ ਹੈ ਤੇ ਨਾਲ ਖੇਡ ਮੈਦਾਨ ਚ ਲਓ ਅਣੂ ਡੱਕੜ ਦੀ ਗੱਲ ਕਰਦੀ ਹੈ ਉੜਦੀ ਹੋਈ ਮਾਂ ਮਿੱਟੀ ਦੀ ਧੂੜ ਤੇ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਿਆ ਉਧਰਲੇ ਪਾਸੇ 500 ਰੁਪਏ ਦੇ ਵੱਡੇ ਮਾਨ ਸਨਮਾਨ ਆ ਕਹਿੰਦੇ ਪ੍ਰਕਾਸ਼ੋ ਦੇਵੀ ਦੀ ਧੀ ਖੇਡ ਮੈਦਾਨ ਦੇ ਵਿੱਚ ਕਹਿੰਦੇ ਰਾਮ ਬਲਤੇਰੀ ਨੇ ਵਰਲਡ ਕਬੱਡੀ ਕੱਪ ਵਿੱਚ ਅਲਟੋ ਕਾਰ ਦਿੱਤੀ ਹੈ ਇਹ ਹਰਿਆਣੇ ਦਾ ਮਾਨ ਖੇਡ ਮੈਦਾਨ ਦੇ ਵਿੱਚ ਰਾਮ ਬਲਤੇਰੀ ਕਬੱਡੀ ਪਾਉਣ ਵਾਸਤੇ ਵਾਧੀ ਹੈ ਦੋਨੋਂ ਇੱਕ ਕਾਰ ਅਨੂ ਨੇ ਤੇ ਇੱਕ ਕਹਿੰਦੇ ਰਾਮ ਬਲਤੇਰੀ ਨੇ ਕਾਰ ਦਿੱਤੀ ਹੈ ਤੇ ਮੀਨੂ ਦੀ ਪਈ ਹੋਈ ਕਬੱਡੀ ਹੈ ਕਿ ਧੀ ਜੰਮੀ ਤੋਂ ਲੋਕ ਨੇ ਸੋਗ ਕਰਦੇ ਪੁੱਤ ਜੰਮੇ ਕੋ ਜਸ਼ਨ ਮਨਾਏ ਜਾਂਦੇ ਧੀਆਂ ਸੁਣਦੀਆਂ ਨੇ ਮਾਪਿਆਂ ਦਾ ਦੁੱਖ ਸਾਰਾ ਫਿਰ ਕੋ ਪੁੱਤਾਂ ਤੇ ਮਾਣ ਜਿਤਾਏ ਜਾਂਦੇ ਊਸ਼ਾ ਸਾਡੀਆਂ ਕਲਪਨਾ ਵੀ ਧੀਆਂ ਲੋਕੋ ਕਾਹਤੋਂ ਕੁੱਖਾਂ ਵਿੱਚ ਕਤਲ ਕਰਾਏ ਜਾਂਦੇ ਖੇਡਣ ਕਬੱਡੀਆਂ ਕੁਸ਼ਤੀਆਂ ਲੜਦੀਆਂ ਫਿਰ ਗਲਾਂ ਵਿੱਚ ਮੈਡਲ ਪਵਾਏ ਜਾਂਦੇ ਸੁੱਗੇ ਵਾਲਿਆ ਦਾਗ ਮੱਥੇ ਤੇ ਲੱਗੇ ਨਹੀਂ ਲਾਏ ਜਾਂਦੇ ਕਿ ਰਾਜ ਬੱਲਿਆਂ ਵਾਲਾ ਧੀਆਂ ਅੱਗੇ ਅਰਜ ਕਰਦਾ ਹੈ ਵੀ ਦਾਗ ਮੱਥੇ ਤੇ ਲੱਗੇ ਨਹੀਂ ਲਾਏ ਜਾਂਦੇ ਲਓ ਸਾਹਮਣੇ ਆਪਾਂ ਤੱਕਾਂਗੇ ਕਬੱਡੀ ਦੇ ਖੇਡ ਮੈਦਾਨ ਅੰਦਰ ਉਧਰਲੇ ਪਾਸੇ ਸ਼ੇਰ ਬੱਚੀ ਪਾਉਂਦੀ ਕਬੱਡੀ ਤੇ ਖੇਡ ਦੇ ਮੈਦਾਨ ਵਿੱਚ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਕਹਿੰਦੇ ਮਾਤਾ ਦਾ ਛਾਇਆ ਜਿਹੜਾ ਸਿਰ ਤੋਂ ਉੱਠ ਗਿਆ ਕਿ ਬਾਪੂ ਜੀ ਦੀ ਉਂਗਲੀ ਫੜ ਕੇ ਜਿਹੜੇ ਮੇਲੇ ਵੇਖ ਲੈ ਟੱਬਰ ਦਾ ਇੱਥ ਪਾਕ ਨਹੀਂ ਭੁੱਲਣਾ ਇਕੱਠਿਆਂ ਚੁੱਲੇ ਸੇਕ ਲੈ ਕਿ ਜਾਲੀ ਮਨਜੀਤਪੁਰੀ ਟੁੱਟੀਆਂ ਸਾਂਝ ਪਿਆਰ ਦੀਆਂ ਲੜੀਆਂ ਮੌਜਾਂ ਸੋਹਣੀਆਂ ਮਟਿਆਰ ਕਬੱਡੀ ਪਾਉਣ ਵਾਸਤੇ ਵਾਧੀ ਹੈ ਸੋਹਣੀਆਂ ਦੀ ਪਈ ਹੋਈ ਕਬੱਡੀ ਅਣੂ ਨੇ ਕਹਿੰਦੇ ਅਲਟੋ ਕਾਰ ਦਿੱਤੀ ਹੈ ਨਾਲ ਬਲਜੀਤ ਤੇ ਰਾਧਾ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਕਹਿੰਦੇ ਅਣੂ ਨਾਲ ਟੱਚ ਹੈ ਤੇ ਪੁਆਇੰਟ ਕਹਿੰਦੇ ਸੋਹਣੀਆਂ ਦੇ ਹਿੱਸੇ ਹੈ ਕਿ ਦੁਨੀਆ ਵਾਲਿਓ ਜਿਹੜਾ ਨਜ਼ਰ ਘਬਾ ਦੇਖੋ ਕਿ ਪੁੱਤਾਂ ਨਾਲੋਂ ਨਾ ਘੱਟ ਕਹਾਉਣ ਤੀਆਂ ਚੰਨ ਉੱਤੇ ਜਾ ਕੇ ਵੀ ਇੰਨਾ ਝੰਡੇ ਗੱਡੇ ਲਓ ਸੁਖੀ ਬਦਲਾਂ ਵਾਲ ਤੇ ਸੁਖੀ ਸੁਖੀ ਲੁੱਧੜ ਸੁਖੀ ਬਦਲਾਂ ਵਾਲ ਤੇ ਸੁਖੀ ਲੁੱਧੜ ਤੇ ਤਾੜੀਆਂ ਜ਼ੋਰਦਾਰ ਮਾਰੋ ਦਰਸ਼ਕਿਰੋ ਸੁਖੀ ਸਾਹਿਬ ਹੁਣ ਪਤਾ ਲੱਗਦਾ ਵੀ ਆਲਟੋ ਕਿਤਨਾ ਮਟਿਆਰ ਹੈ ਜਿਹਨੇ ਵਰਲਡ ਕਬੱਡੀ ਕੱਪ ਖੇਡਿਆ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਕਹਿੰਦੇ ਰਾਮ ਬਲਤੇਰੀ ਕਬੱਡੀ ਪਾਉਣ ਵਾਸਤੇ ਵਾਧੀ ਹੈ ਮਾਂ ਪ੍ਰਕਾਸ਼ੋ ਦੇਵੀ ਦੀ ਲੱਕ ਤੇ ਜਿਗਰ ਕਬੱਡੀ ਦੇ ਖੇਡ ਮੈਦਾਨ ਅੰਦਰ ਰਾਮ ਬਲਤੇਰੀ ਤੇ ਬਲਜੀ ਤਾੜੀਆਂ ਮਾਰੋ ਜੇ ਬਾਚ ਵਧੀਆ ਲੱਗਦਾ ਦਰਸ਼ਕਿਰੋ ਲਓ ਮੀਨੂ ਦੀ ਕਬੱਡੀ ਹੈ ਖੇਡ ਮੈਦਾਨ ਚ ਮੀਨੂ ਕਬੱਡੀ ਪਾਉਣ ਵਾਸਤੇ ਵਾਧੀ ਹੈ ਸਾਹਮਣੇ ਚਾਰ ਜਾਫੀ ਹੈ ਸੀਮਾ ਅਨੂ ਤੇ ਸੁਖੀ ਦੇ ਨਾਲ ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਆ ਮਟਿਆਰ ਕਬੱਡੀ ਪਾਉਣ ਵਾਸਤੇ ਵਧੀ ਹੈ ਤੇ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਿਆ ਮਹਿਰ ਮਖਾਦੀ ਧਰਤੀ ਤੇ 28 ਕਬੱਡੀਆਂ ਪਾਈਆਂ ਲਓ ਸਾਹਮਣੇ ਆਪਾਂ ਤੱਕਾਂਗੇ ਵੀ ਚਾਰ ਜਾਫੀ ਹੈ ਚਾਰਾਂ ਤੇ ਪੈਂਦੀ ਕਬੱਡੀ ਇਧਰਲੇ ਪਾਸੇ ਅਨੂ ਇਹਨੇ ਵੀ ਆਲਟੋ ਜਿੱਤੀ ਹੈ ਪਰ ਅੱਜ ਸੁੱਕੇ ਵਾਲੇ ਹੈ ਬਰਾਬਰ ਗੱਡਾਂਗੇ ਤੂੰ ਜੋ ਵੀ ਕਰਨਾ ਕਰ ਲੈ ਵੰਜ ਬਰਾਬਰ ਗੱਡਾਂਗੇ ਸਾਹਮਣੇ ਚਾਰ ਜਾਫੀ ਚੌਹਾਂ ਭੈਣਾਂ ਦੀ ਘੁੰਮਦੀ ਚੈਣ ਤੇ ਆ ਕਹਿੰਦੇ ਰਾਧਾ ਖੇਡ ਮੈਦਾਨ ਚ ਡੱਕਣ ਦੀ ਗੱਲ ਕਰਦੀ ਹੈ ਦੀਪ ਫੜਿਆ ਗੋਡਿਆਂ ਦੀ ਭੂਆ ਹੁਣ ਛੁੱਟ ਭੂਆ ਹੁਣ ਛੁੱਟ ਹੰਦੇ ਨਜ਼ਦੀਕ ਜਿੱਤ ਹਾਰ ਦਾ ਸਾਗਰ ਜ਼ਿੰਦਗੀ ਸਦਾ ਨੀ ਮੌਜ ਬਹਾਰਾਂ ਬਣ ਮਾਰ ਕੇ ਜੋ ਕਰਦੇ ਕਸਰਤਾਂ ਉਹੀ ਮਾਰਦੇ ਮਾਰਾਂ
ਕਿ ਛਾਲੇ ਵਾਲਿਆ ਦੁਨੀਆਂ ਉੱਤੇ ਯਾਰਾਂ ਨਾਲ ਬਹਾਰਾਂ ਕਿ ਛਾਲੇ ਵਾਲਿਆ ਦੁਨੀਆਂ ਉੱਤੇ ਲਿਖਦੇ ਜਈ ਸਾਹਿਬ ਕਿ ਕਿਤਾਬ ਤਾਂ ਹਰ ਕੋਈ ਲੈ ਲੈਂਦਾ ਪਰ ਪੜ੍ਹਨਾ ਔਖਾ ਏ, ਉਹ ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜਨਾ ਔਖਾ ਏ, ਉਹ ਜਿਹੜਾ ਧਰਤੀ ਨੂੰ ਭੁੱਲਦਾ ਵਾ ਟਿਕਦਾ ਨਹੀਂ ਅਸਮਾਨ ਦੇ ਵਿੱਚ ਚਿਰ ਬਾਲਾ, ਮਿਹਨਤ ਬੜੀ ਏ ਕਰਨੀ ਪੈਂਦੀ, ਨਾਮ ਜੱਗ ਦੇ ਬਣਾਉਣਾ ਨਹੀਂ ਸਿਖਾਲਾ, ਕਿ ਮੀਨੂ ਕਬੱਡੀ ਪਾਉਣ ਵਾਸਤੇ ਵਾਧੀ ਹੈ, ਮੀਨੂ ਦੀ ਪਈ ਹੋਈ ਕਬੱਡੀ ਆ ਸੁਖੀ 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 ਲੁੱਦੜ ਸੁਖਦੀਪ ਨਾਮ ਹੈ, ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਦੀ ਨੰਗ ਮਾਸੀ ਦੀ ਅੱਧੀ ਏ ਕਿਧਰ ਦੀ ਨੰਗਦੀ ਹੈ ਕਿ ਰਾਤ ਰਹੋ ਤੇਰਾ ਸੇਵਾ ਪਾਣੀ ਸੇਵਾ ਪਾਣੀ ਸੇਵਾ ਪਾਣੀ ਕਰਕੇ ਕੱਲਾਂਗੇ, ਉਹ ਜੇ ਸਵਾਲ ਆ ਰਿਹਾ ਲਲਕਾਰਾ ਮਾਰ ਕੇ ਦੱਸੋ ਇੱਕ ਵਾਰੀ। ਉਧਰਲੇ ਪਾਸੇ ਸਰਦਾਰ ਕਮਲਜੀਤ ਸਿੰਘ ਜੀ DSP ਸਾਹਿਬ ਕ੍ਰਾਈਮ ਬ੍ਰਾਂਚ ਵਾਲੇ ਵੱਡਾ ਧੰਨਵਾਦ ਵਿਸ਼ੇਸ਼ ਤੌਰ ਤੇ ਕਰਦੇ ਹਾਂ, ਵੱਡੇ ਮਾਨ ਸਨ ਨੂੰ ਪੁੱਜੇ ਹੈ। ਉਧਰ ਮਹਾਂਵੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੇ ਵੀ ਵੱਡੇ ਮਾਨ ਸਨ ਭੇਜੇ, ਸਰਦਾਰ ਪਰਮ ਮਿੱਤਰਾਂ ਵਿੱਚੋਂ ਪਰਮ ਮਿੱਤਰ ਹੈ ਸਾਡੇ ਸਰਦਾਰ ਸੁਖਜੀਤ ਸਿੰਘ ਜੀ ਮਾਸਟਰ ਸਾਹਿਬ, ਸਰਦਾਰ ਰਣਜੀਤ ਸਿੰਘ ਜੀ ਮੈਂਬਰ ਚੀਚਾ, ਸਰਦਾਰ ਮਨਜੀਤ ਕੁਮਾਰ ਜੀ ਸਾਬਕਾ ਸਰਪੰਚ ਸਾਹਿਬ ਨੇ, ਸਰਦਾਰ ਬਲਜੀਤ ਸਿੰਘ ਜੀ ਸਰਪੰਚ ਚੀਚਾ, ਸੁਖ ਚੀਚਾ ਸਾਡਾ ਭਰਾ ਗੋਲੇ ਪਹਿਲਵਾਨ ਹੋਣੀ ਵਿਸ਼ੇਸ਼ ਤੌਰ ਤੇ ਪੁੱਜੇ, ਵੱਡਾ ਧੰਨਵਾਦ ਹੈ। ਹਰੇਕ ਸਾਲ ਕੋਈ ਵੱਖਰੀ ਜੀ ਚੀਜ਼ ਕਰਦੇ ਹੈ, ਕੋਈ ਵੱਖਰੀ ਜੀ ਚੀਜ਼ ਕਰਦੇ ਹੈ। ਲਓ ਸਾਹਮਣੇ ਆਪਾਂ ਤੱਕਾਂਗੇ ਖੇਡ ਦੇ ਮੈਦਾਨ ਵਿੱਚ, ਉਧਰਲੇ ਪਾਸੇ ਮੁਕਾਬਲਾ ਪੂਰਾ ਸਖਤ ਨਹੀਂ ਰੀਸਾਂ, ਬੱਲੇ 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 ਬੱਲੇ। ਇਹ ਤਾਂ ਰਾਮ ਸਰ ਨੇ ਦੱਸਣਾ ਕਿ ਪੁਆਇੰਟ ਕਿਹਦੇ ਖਾਤੇ ਵਿੱਚ ਜੁੜਦਾ ਹੈ, ਇਹ ਤਾਂ ਰਾਮ ਸਰ ਨੇ ਦੱਸਣਾ। ਜਾਂ ਕਿ ਪੁੱਤਾਂ ਵਾਂਗੂ ਜਿੱਦ ਨਹੀਂ ਕਰਦੀਆਂ, ਅੱਗੇ ਹੋ ਰਹਿਣ ਲੜਦੀਆਂ, ਫਿਰ ਵੀ ਕਿਉਂ ਨਕੰਮੀਆਂ ਮਾਏ ਨੀ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ, ਮਾਏ ਨੀ ਧੀਆਂ ਝਿੜਕਾਂ ਖਾਣ ਨੂੰ ਜੰਮੀਆਂ। ਮੁੰਡਿਆਂ ਵਰਗਾ ਵੱਖਰਾ ਜਿਹਾ ਸਟਾਈਲ ਹੈ, ਥਾਪੀ ਪੱਟ ਦੇ ਉੱਤੇ ਮਾਰੀ ਹੈ ਝੱਕ ਕੇ ਕਬੱਡੀ ਨਹੀਂ ਪਾਉਂਦੀ। ਆਪਾਂ ਤੱਕਾਂਗੇ ਪੂਰੀ ਸਿਰੇ ਦੀ ਪਾਉਂਦੀ ਕਬੱਡੀ ਤੇ ਸੁੱਕੀ ਆ, ਕੈਂਚੀ ਲੱਗ ਚੁੱਕੀ ਹੈ ਕਿ ਲੱਗੀ ਕੈਂਚੀ ਫਿਰ ਸੈਂਟਰ ਜੇਲ੍ਹ ਹੁੰਦੀ ਆ। ਉਧਰਲੇ ਪਾਸੇ ਸੈਂਟਰ ਜੇਲ੍ਹ ਬਣ ਗਈ ਹੈ, ਰਾਮ ਸਰ ਨੇ ਇਸ਼ਾਰਾ ਕਰ ਦੇਣਾ ਤੇ ਪੁਆਇੰਟ ਯਾਫੀ ਦੇ ਖਾਤੇ ਵਿੱਚ ਜੁੜ ਗਿਆ। ਨਾਲ ਸੀਨੀਅਰ ਕਾਂਗਰਸੀ ਆਗੂ ਨੇ ਅੱਜ ਕਹਿੰਦੇ ਐਂਡ ਕਰਵਾ ਦਿੱਤਾ, ਸਰਦਾਰ ਕਿਰਪਾਲ ਸਿੰਘ ਜੀ ਜੇਈ ਸਾਹਿਬ, ਵੱਡਾ ਧੰਨਵਾਦ ਕਰਦੇ ਹਾਂ ਆਪਾਂ ਸਹਾਰਾ ਪ੍ਰਬੰਧਕ ਕਮੇਟੀ ਦਾ। ਤੇ ਇਧਰਲੇ ਪਾਸੇ ਮੈਨੂੰ ਕਬੱਡੀ ਪਾ ਤੇ ਪੁਆਇੰਟ ਆਪਣੇ ਖਾਤੇ ਵਿੱਚ ਜੋੜ ਗਈ ਹੈ ਫਿਰ ਕਬੱਡੀ ਪਾਉਣ ਦੇ ਲਈ, ਪਰ ਇਹ ਆ ਹਰਿਆਣੇ ਦੀ ਛੋਰੀ ਰਾਮ ਬਲਤੇਰੀ ਤੇ ਮੁਕਾਬਲਾ ਕਹਿੰਦੇ ਅਨੂ ਜੇ ਅੱਜ ਜਫੇ ਭਰ ਕੇ ਦਿਖਾਉਣੀ ਹੈ ਤਾਂ ਮੰਨਾਂਗੇ। ਕਿਉਂ ਉਧਰ ਗਾਗੋ ਮੰਦਰਾਂ ਵਾਲ ਦੀ ਪਾ ਕਬੱਡੀ ਤੇ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ, ਕਿਸੇ ਨੂੰ ਪਤਾ ਨਹੀਂ ਦੌਲਤਾਂ ਕਿੰਨੀਆਂ ਨੇ, ਕੋਈ ਦਿਹਾੜੀ ਕਰਕੇ ਡੰਗ ਟਪਾਈ ਫਿਰਦਾ ਕਿ ਰੋਟੀ ਲੱਭਦਾ ਕੂੜੇ ਦੇ ਢੇਰ ਵਿੱਚੋਂ, ਕੋਈ ਬੱਚਿਆਂ ਨੂੰ ਪੀਜ਼ੇ ਬਰਗਰ ਖਵਾਈ ਫਿਰਦਾ, ਕੋਈ ਬੱਚਿਆਂ ਨੂੰ ਪੀਜ਼ੇ ਬਰਗਰ ਖਵਾਈ ਫਿਰਦਾ, ਰਾਣਾ ਮਾਧੋਪੁਰੀਆ ਲੱਭਦਾ ਉਸ ਮਾਲਕ ਨੂੰ ਜਿਹੜਾ ਸਾਰੀ ਸ੍ਰਿਸ਼ਟੀ ਰਚਾਈ ਫਿਰਦਾ। ਉਧਰਲੇ ਪਾਸੇ ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਬਹੁਤ ਵੱਡੇ ਮਾਨ ਸਨਮਾਨ ਜਿਹੜੇ ਬੋਲਣ ਤੋਂ ਖੁੱਚ ਕੇ ਪੁੱਜੇ ਹੈ ਸਾਡੇ ਭਰਾਵਾਂ ਵੱਲੋਂ, ਆਪਾਂ ਵੱਡਾ ਧੰਨਵਾਦ ਕਰਦੇ। ਉਧਰਲੇ ਪਾਸੇ ਸਾਡੇ ਮਨਜੀਤ ਕੁਮਾਰ ਜੀ ਸਾਬਕਾ ਸਰਪੰਚ ਨੇ ਚੀਚੇ ਵਾਲੇ ਬਹੁਤ ਵੱਡਾ ਮਾਨ ਸਨਮਾਨ ਕੱਲ ਵੀ ਆਪਣੇ ਬੱਚੇ ਲਈ ਭੇਜਿਆ ਹੈ। ਅੱਜ ਪੰਜਾਬ ਤੇ ਹਰਿਆਣੇ ਦੇ ਦਰਮਿਆਨ ਟੱਕਰ ਹੈ, ਸਰਦਾਰ ਕਿਰਪਾਲ ਸਿੰਘ ਜੀ ਜੈ ਸਾਹਿਬ ਲੜਕੀਆਂ ਦੇ ਮੈਚ ਬੜੇ ਦੇਖੇ ਹੈ, ਇੱਕ ਨੇ ਨੀਲੀ ਕਿੱਟ ਪਾਲਣੀ ਇੱਕ ਨੇ ਖੱਟੀ, ਗੱਡੀ ਇੱਕੋ ਹੀ ਹੁੰਦੀ ਹੈ, ਪਰ ਆ ਤੁਸੀਂ ਜਿਹੜਾ ਮੁਕਾਬਲਾ ਕਰਾ ਰਹੇ ਹੋ ਪੂਰਾ ਸਿਰੇ ਦਾ ਮੁਕਾਬਲਾ। ਖੇਡ ਮੈਦਾਨ ਚ ਮੀਨੂ ਨੇ ਪਾਈ ਹੋਈ ਕਬੱਡੀ ਹੈ, ਚੌਹਾਂ ਭੈਣਾਂ ਦੀ ਘੁੰਮਦੀ ਹੋਈ ਚੈਨ
ਤੇ ਲੁਧਣਾਵਾਲੀ ਨੇ ਕਹਿੰਦੇ ਵਰਲਡ ਕਬੱਡੀ ਕੱਪ ਖੇਡਿਆ ਤੇ ਲਓ ਮੀਨੂ ਕਹਿੰਦੀ ਮੈਂ ਵੀ ਕਹਿੰਦੀ ਲੁਧਣਾਵਾਲੀ ਨੂੰ ਹੱਥ ਲਾਵਾਂਗੀ। ਉਧਰ ਸੁੱਕੀ 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 ਤੇ ਮੀਨੂ ਤਾੜੀਆਂ ਜ਼ੋਰਦਾਰ ਮਾਰੋ ਦਰਸ਼ਕੀਰੋ, ਤਾੜੀਆਂ ਜ਼ੋਰਦਾਰ ਮਾਰੋ। ਇਹ ਆ ਲੁਧਣਾ ਦੀ ਸੰਦੀਪ ਤੇ ਪ੍ਰਧਾਨ ਸਾਹਿਬ ਜੇਈ ਸਾਹਿਬ ਚੁੱਕਣਾ ਤਾਂ ਪੱਥਰ ਪਾੜ ਦਿੰਦੀ ਹੈ ਤੇ ਜੱਫਾ ਲਵਾਇਆ ਹੈ। ਗਾੜੂਈ ਵੀ ਕਹਿੰਦੇ ਵੀ ਕਬੱਡੀ ਰਗ ਰਗ ਦੇ ਵਿੱਚ ਵਸੀ ਹੈ, ਕਬੱਡੀ ਰਗ ਰਗ ਦੇ ਵਿੱਚ ਵਸੀ ਹੈ। ਲਓ ਸਾਹਮਣੇ ਆਪਾਂ ਤੱਕਾਂਗੇ ਮੁਕਾਬਲਾ ਮੇਰੇ ਵੀਰ ਸਖਤ, ਪੈਂਦੀ ਕਬੱਡੀ ਪੈਂਦੀ ਕਬੱਡੀ ਨਹੀਂ ਰੀਸਾਂ ਬੱਲੇ 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 ਹੋਈ ਹੈ। ਫਾਉਲ ਨਹੀਂ ਖੇਡਣਾ, ਪੁਆਇੰਟ ਤਾਵੀ ਦੇ ਖਾਤੇ ਵਿੱਚ ਜੁੜ ਗਿਆ। ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਗਾਗੋ ਦਾ ਮੰਦਰਾਵਾਲ ਪਿੰਡ ਹੈ। ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਗਾਗੋ ਮੰਦਰਾਵਾਲ ਦੀ ਕਬੱਡੀ ਤੇ ਅਣੂ ਖੇਡ ਮੈਦਾਨ 'ਚ ਹਰਿਆਣੇ ਦੀ ਸ਼ੋਰੀ ਟੱਕਰ ਦੀ ਗੱਲ ਕਰਦੀ ਹੈ, ਪਰ ਪੁਆਇੰਟ ਕਹਿੰਦੇ ਰੇਡਰ ਦੇ ਹਿੱਸੇ ਜੁੜ ਗਿਆ ਹੈ। ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਕਿ ਸੋਨੀਆਂ ਕਬੱਡੀ ਪਾਉਣ ਵਾਸਤੇ ਵਾਧੀ ਹੋਈ ਹੈ, ਸੋਨੀਆਂ ਦੀ ਪਈ ਹੋਈ ਕਬੱਡੀ ਸਾਹਮਣੇ ਤੱਕਦੇ ਸੋਨੀਆਂ ਸੋਨੀਆਂ ਦੋ ਨੰਬਰ ਤੋਂ ਰਾਧਾ ਕਹਿੰਦੇ ਗਾਗੋ ਦੀ ਭੈਣ ਹੈ, ਆ ਗਾਗੋ ਦੀ ਛੋਟੀ ਭੈਣ ਹੈ ਜਿਹਨੇ ਜਫਾ ਲਾਉਣ ਦੀ ਗੱਲ ਕੀਤੀ ਹੈ, ਪਰ ਰਾਮ ਸਰ ਦੀ ਵਿਸਲ ਕਹਿੰਦੀ ਹੈ ਪੁਆਇੰਟ ਰੇਡਰ ਦੇ ਹਿੱਸੇ ਜੁੜ ਗਿਆ। ਆਪਾਂ ਤੱਕਾਂਗੇ ਚਾਰ ਜਾਫੀ ਪੂਰੀਆਂ ਸਿਰੇ ਦੀਆਂ, ਇੱਕ ਸਾਈਡ ਤੇ ਸੀਮਾ ਨਾਲ ਕਹਿੰਦੇ ਇੱਕ ਸਾਈਡ ਤੇ ਅਨੂ ਨੀਲੇ ਨੰਬਰ ਦੀ ਕਿੱਟ ਹੈ, ਨਾਲ ਸੁੱਖੀ ਹੈ। ਲਓ ਸੁੱਖੀ ਨਾਲ ਮੁਕਾਬਲਾ, ਪੂਰਾ ਸਖਤ ਪੂਰਾ ਸਖਤ ਤੇ ਪੁਆਇੰਟ ਧਾਵੀ ਦੇ ਖਾਤੇ ਵੀ ਜੁੜ ਗਿਆ। ਤੇ ਉਧਰਲੇ ਪਾਸੇ ਵੱਡਾ ਧੰਨਵਾਦ ਕਰਦੇ ਆਪਾਂ ਸਾਡੇ ਸਰਦਾਰ ਸਕੱਤਰ ਸਿੰਘ ਜੀ ਬੱਬੂ, ਕਹਿੰਦੇ ਵੀ ਐਨ ਸਿਰੇ ਦਾ ਜਿਹੜਾ ਮੈਚ ਦੁਨ ਸਰਦਾਰ ਰਣਜੀਤ ਸਿੰਘ ਜੀ ਗਿੱਲ, ਸਰਦਾਰ ਦਵਿੰਦਰ ਸਿੰਘ ਜੀ ਗਿੱਲ, ਸਾਡੇ ਸਰਦਾਰ ਰਣਜੀਤ ਸਿੰਘ ਜੀ ਰਾਣਾ, ਉਧਰਲੇ ਪਾਸੇ ਸਰਦਾਰ ਅਜੀਤ ਸਿੰਘ ਜੀ ਰੰਧਾਵਾ ਸਾਹਿਬ। ਇਹੀ ਸਾਹਿਬ ਡੇਢ ਵਜੇ ਪੂਰੇ ਕਹਿੰਦੇ ਨੇ ਅਲਟੋ ਕਾਰ ਘਰ ਦੇ ਬੂਹੇ ਅੱਗੇ ਰੋਕਤੀ ਤੇ ਪ੍ਰਕਾਸ਼ ਦੇਵੀ ਦਾ ਕਹਿੰਦੇ ਚਾਹ ਨਹੀਂ ਝੱਲਿਆ ਗਿਆ। ਦੋ ਧੀਆਂ ਤੋਂ ਬਾਅਦ ਜਦੋਂ ਰਾਮ ਬਲਤੇਰੀ ਨੇ ਜਨਮ ਲਿਆ ਤੇ ਕਹਿੰਦੀ ਰਾਮ ਪਹਿਲਾਂ ਹੀ ਬਥੇਰੀਆਂ ਸੀ, ਇਹ ਤੀਜੀ ਕਿਉਂ ਆ ਗਈ, ਇਹਦੇ ਕਰਮਾਂ ਦਾ ਕੀ ਪਤਾ ਸੀ ਤੇ ਪੁਆਇੰਟਾਂ ਦਾ ਜਿਹੜਾ ਲੇਖਾ ਜੋਖਾ ਮੇਰੇ ਖਿਆਲ ਹਾਫ ਸਮਾਂ ਹੋ ਗਿਆ। ਠਿੰਡੇ ਜ਼ਿਲ੍ਹੇ ਵਿੱਚ ਫੈਲੀ ਹੈ, ਮੁੰਡਾ ਜਲਾਲ ਦਾ ਕਹਿੰਦੇ ਇੱਕ ਵੈਲੀ ਹੈ, ਉਹ ਜਿਹਦੀ ਸਹੇਲੀ ਮੈਲਬੌਰਨ ਪੜਦੀ ਹੈ, ਗੱਲ ਗੱਲ ਤੇ ਗਲਾਰੀ ਅੜਦੀ ਹੈ। ਪੂਰੀਆਂ ਸਿਰੇ ਦੀਆਂ ਚਾਰਾਂ ਦੇ ਵਿੱਚੋਂ ਕੌਣ ਮਕਾ ਡੱਕ ਕੇ ਦਿਖਾਵੇਗੀ। ਉਧਰਲੇ ਪਾਸੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ। ਜ਼ਮੀਨ ਜਨਾਨੀ ਦੇ ਔਲਾਦ ਜਿਹਦੀ ਚੰਗੀ ਹੋਵੇ ਉਹਨੂੰ ਕਹਿੰਦੇ ਲੋਕ ਸਰਦਾਰ, ਐਮ ਐਲ ਏ ਪਟਵਾਰੀ ਥਾਣੇਦਾਰ ਤੇ ਨੇਤਾ ਲੋੜ ਪੈਣ ਤੇ ਪਰਖੇ ਜਾਂਦੇ ਐ। ਪੈਂਦਾ ਮੰਜੇ ਤੇ ਬਿਮਾਰ ਜਦੋਂ ਢਲਦੀ ਜਵਾਨੀ, ਪੈਂਦਾ ਮੰਜੇ ਤੇ ਬਿਮਾਰ। ਲਓ ਸਾਹਮਣੇ ਗਾਗੋ ਮੰਦਰਾਵਾਲ ਦੀ ਕਬੱਡੀ ਪਾ ਤੇ ਪੁਆਇੰਟ ਧਾਵੀ ਦੇ ਖਾਤੇ ਵਿੱਚ ਜੁੜ ਗਿਆ ਹੈ। ਸੋਨੀਆਂ ਦੀ ਪੈਂਦੀ ਕਬੱਡੀ ਤੇ ਚਾਰ ਜਾਫੀਆਂ ਦੇ ਵਿੱਚੋਂ ਕੌਣ ਕਰਦੀ ਡੱਕਣ ਦੀ ਗੱਲ, ਚਾਰ ਜਾਫੀ ਕਹਿੰਦੀਆਂ ਪੂਰੇ ਸਿਰੇ ਦੀਆਂ। ਕਹਿੰਦੇ ਭਾਈਆਂ ਭਾਈਆਂ ਵਿੱਚ ਫਿੱਕ ਪਵਾਉਂਦੀ ਹੈ ਜਦ ਜਨਾਨੀ ਚਲਿੱਤਰ ਵਿਖਾਉਂਦੀ ਹੈ, ਭਾਈਆਂ ਭਾਈਆਂ ਵਿੱਚ ਫਿੱਕ ਪਵਾਉਂਦੀ ਹੈ ਜਦ ਜਨਾਨੀ ਚਲਿੱਤਰ ਵਿਖਾਉਂਦੀ ਹੈ। ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਚੱਲਦਾ ਤਕੜਾ ਕਬੱਡੀ ਦਾ ਮੁਕਾਬਲਾ ਤੇ ਲਓ ਲੁਧਣਾਵਾਲੀ। ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਬਦਲਾਵਾਲ ਤੇ ਲੁਧਣਾਵਾਲ ਖੇਡ ਮੈਦਾਨ ਦੇ ਚੈਨ ਤਕੜਾ ਕਬੱਡੀ ਦਾ ਸਿਰਾ 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 ਦਰਸ਼ਕਿਰੋ, ਤਾੜੀਆਂ ਜ਼ੋਰਦਾਰ ਮਾਰ ਦਿਓ, ਤਾੜੀਆਂ ਜ਼ੋਰਦਾਰ ਖੇਡ ਦੇ ਮੈਦਾਨ ਵਿੱਚ। ਭੈਣੇ ਮੈਨੂੰ ਲੱਗਦਾ ਅੱਜ ਦੀ ਰਾਤ ਤਾਂ ਪਊਗੀ ਇੱਥੇ ਹੀ। ਵੱਡੇ ਸੱਦੇ ਜਿਹੜੇ ਦਿੱਤੇ ਜਾ ਰਹੇ ਆ ਸਾਡੀ ਪ੍ਰਬੰਧਕ ਕਮੇਟੀ ਵੱਲੋਂ, ਉਹ ਵੀ ਕਬੱਡੀ ਦੇ ਲਾਗੇ ਲਾਗੇ ਦੇ ਮੈਚ ਤੱਕ ਰਹੇ ਆ ਵੀ ਕਹਿੰਦੇ ਟੀਮਾਂ ਰੇਡਰ ਦਾ ਇਹ ਆ ਨਿਸ਼ਾਨ, ਗੱਗੋ ਬੂਹੇ ਦਾ ਝੂਠ ਨਹੀਂ ਬੋਲਦਾ।
ਮੁਕਾਬਲਾ ਪੂਰਾ ਸਖਤ ਖੇਡਿਆ ਜਾ ਰਿਹਾ। ਲਓ ਸਾਹਮਣੇ ਵੇਖੋ 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 ਨਹੀਂ ਰੀਸਾ ਵਾਂਡ ਯਾਫੀ ਦਾ ਰੇਡਰ ਦਾ ਜੀ, ਤਾੜੀ ਮਾਰ ਕੇ ਦੱਸਿਓ ਕਿਉਂਕਿ ਪੰਜ ਪੰਜ ਰੇਡਰ ਕਬੱਡੀਆਂ ਪਾਉਂਦੇ ਆ ਉਧਰ। ਅਨੂ ਤੇ ਰਾਮ ਤੇਰੀ ਅਨੂ, ਹੁਣ ਤਾੜੀ ਮਾਰ ਕੇ ਦੱਸਿਓ ਇਹ ਆ ਰਾਮ ਬਲ ਤੇਰੀ ਹਰਿਆਣੇ ਦੀ। ਪੇਕੇ ਸਹੁਰੇ ਹੁੰਦੇ ਨੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ, ਪੇਕੇ ਸਹੁਰੇ ਹੁੰਦੇ ਨੇ ਘਰ ਨਹੀਂ ਹੁੰਦੇ ਗੱਗੋ ਬੂਹੇ ਵਾਲਿਆ। ਰਾਮ ਜੀ ਰਾਮ ਜੀ ਰਾਮ ਜੀ, ਕਬੱਡੀ 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 ਸਵਾਦ ਮੁੰਡਿਆਂ ਦੇ ਮੈਚ ਤੋਂ ਵੱਧ ਆਇਆ ਤੇ ਫਿਰ ਵੀ ਤਾੜੀ ਮਾਰ ਕੇ ਦੱਸਿਓ। ਇਹਨਾਂ ਦਾ ਦੇਣ ਦਾ ਰਹਾਂਗਾ ਕਿ ਇਹਨਾਂ ਨੇ ਜਿਹੜੇ ਮੈਚ ਲੜਕੀਆਂ ਦਾ ਕਰਾਇਆ ਹੈ ਉਹ ਸਿਰਾ ਕਬੱਡੀ ਦਾ ਕਰਾਇਆ ਹੈ, ਸਿਰਾ ਕਬੱਡੀ ਦਾ ਕਰਾ ਲਾ ਅਣੋ ਅਣੋ ਸੋਨੀਆਂ। ਹੁਣ ਗੱਲ ਮੁਸ਼ਕਿਲ ਹੈ, ਜ਼ੋਰ ਲਾਉਣ ਦਾ ਕੋਈ ਫਾਇਦਾ ਨਹੀਂ, ਇੱਕ ਰਾਜਿੰਦਰਾ ਲਾ ਦੇਵੇ ਤੇ ਜਿਹੜੀ ਚਾਬੀ ਆ ਰੋਪੜ ਵਾਲੀਆਂ ਨਹਿਰਾਂ 'ਚ ਸੁੱਟ ਦਿੰਦੀ ਹੈ, ਫੇਰ ਜਿੰਦਰਾ ਨਹੀਂ ਖੁੱਲਦਾ। ਨਾਲ ਤਕਨੀਕ ਤੇ ਜਾਂਦੀ ਲਾਈ ਕੈਂਚੀ ਕਿ ਛੁੱਟਣਾ ਧਾਵੀ ਲਈ ਔਖਾ ਹੋ ਜਾਂਦਾ ਜਦੋਂ ਜਾਫੀ ਨੇ ਹੋਵੇ ਲਾਈ ਕੈਂਚੀ ਲਾਈ ਕੈਂਚੀ ਲਾਈ ਕੈਂਚੀ ਲਾਈ ਕੈਂਚੀ ਲਾਈ ਕੈਂਚੀ ਲਾਈ ਕੈਂਚੀ। ਸੁਗਾ ਸਾਹਿਬ ਸਾਡੇ ਵੀਆਈਪੀ ਮੁੱਖ ਮਹਿਮਾਨ ਕੁਝ ਸਮੇਂ ਦੀ ਮਜਬੂਰੀ ਕਰਕੇ ਜਾ ਰਿਹਾ। ਧੰਨਵਾਦ ਜੀ, ਜਿਹੜੇ ਸਨਮਾਨ ਚਿੰਨ ਬਣਾਏ ਗਏ ਹੈ ਉਹ ਲੈ ਕੇ ਜਾਣ ਦੀ ਕਿਰਪਾਲਤਾ ਕਰਨੀ। ਲਓ ਰਾਮ ਬਲ ਤੇਰੀ ਦੀ ਕਬੱਡੀ ਹੈ, ਸੌਣਾ ਪੈ ਜਾਂਦਾ ਉਹ ਜੇ ਰੱਬ ਛੱਪੜ ਪਾੜ ਕੇ ਦਿੰਦਾ ਫਿਰ ਲੱਫੜ ਮਾਰ ਕੇ ਲੈ ਜਾਂਦਾ, ਫਿਰ ਲੱਫੜ ਮਾਰ ਕੇ ਲੈ ਜਾਂਦਾ, ਲੱਫੜ ਮਾਰ ਕੇ ਲੈ ਜਾਂਦਾ। ਉਧਰਲੇ ਪਾਸੇ ਵੇਖੋ 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 ਨਹੀਂ ਰੀਸਾ ਬੱਲੇ ਬੱਲੇ ਵਾਰ ਕਬੱਡੀ ਦਾ। ਆਲ ਬਲਜੀਤ ਚਾਰ ਜਾਫੀ ਪੂਰੇ ਸਿਰੇ ਦੀਆਂ, ਚਾਰਾਂ ਦੇ ਵਿੱਚੋਂ ਕੌਣ ਕਰਦਾ ਡੱਕਣ ਦੀ ਗੱਲ, ਆਪਾਂ ਤੱਕਾਂਗੇ ਕੌਣ ਬੱਲੇ ਬੱਲੇ ਕਬੱਡੀ ਦੇ ਖੇਡ ਮੈਦਾਨ ਅੰਦਰ, ਖੇਡ ਮੈਦਾਨ ਅੰਦਰ। ਉਧਰਲੇ ਪਾਸੇ ਸੁੱਖ ਚੀਚਾ ਜੀ ਤੱਕਦੇ ਕਬੱਡੀ ਦੇ ਆਨੰਦ, ਬੱਲੇ ਬੱਲੇ ਕਬੱਡੀ ਦੇ ਖੇਡ ਮੈਦਾਨ ਅੰਦਰ। ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ, ਵੇਖੋ 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 ਗਾਗੋ ਦੀ ਪਈ ਕਬੱਡੀ ਲੁਧਰਾਂ ਵਾਲੀਏ ਲਾ ਜਫਾ, ਜਾਂ ਕਹਿ ਸੋਨੀਆਂ ਨੂੰ ਜਾਂ ਕਹਿਦੇ ਅਨੂ ਨੂੰ ਕਿ ਗਾਗੋ ਸੁੱਕੀ ਨਾ ਜਾਵੇ। ਦੋ ਨੰਬਰ ਤੇ ਕਹਿੰਦੇ ਟੱਚ ਕੀਤਾ ਪ੍ਰਬੰਧ ਵੀ ਕਹਿੰਦੇ ਪੂਰੇ ਸਿਰੇ ਦੇ ਹੈ, ਪ੍ਰਬੰਧ ਵੀ ਸੁੱਗਾ ਸਾਹਿਬ ਪੂਰੇ ਸਿਰੇ ਦੇ ਹੈ। ਲਓ ਲੁਧਰਾ ਦੀ ਸੰਦੀਪ ਤੇ ਮੰਦਰਾਵਾਲ ਦੀ ਗਾਗੋ 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 ਤੇ ਸੁਖੀ ਲੁਧਰਾ ਵਾਲੀ ਦੀ ਯਾਫ ਚੰਗੀ ਤੇ ਅਣੂ ਮੁੜ 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 ਰੇਡਰ ਨੂੰ ਘੇਰਦੀ ਹੈ, ਅਣੂ ਮੁੜ ਮੁੜ ਰੇਡਰ ਨੂੰ ਘੇਰਦੀ ਹੈ। ਲਓ ਸਾਹਮਣੇ ਕਬੱਡੀ ਦੇ ਖੇਡ ਮੈਦਾਨ ਅੰਦਰ ਜਈ ਸਾਹਿਬ ਜਫੀਆਂ ਐ ਪੈਗੀਆਂ ਜਿਵੇਂ ਕੁੜਮਣੀਆਂ ਕੁੜਮਣੀਆਂ ਏਅਰਪੋਰਟ ਤੇ ਮਿਲਦੀਆਂ। ਸਨ 2012 ਸਮਾਂ ਮਾੜਾ ਸੀ ਕਬੱਡੀ ਦਾ, ਕਈ ਗੱਭਰੂ ਕਰਾਉਂਡਾਂ ਤੋਂ ਵਹੋਏ ਵੱਖ ਚਮਕੀਲਿਆ, ਇੰਗਲੈਂਡ ਦੇ ਮੈਦਾਨਾਂ ਵਿੱਚ ਖੇਡਦਿਆਂ ਵੱਜੀ ਸੀ ਮੁੰਡੇ ਦੇ ਸੱਟ ਚਮਕੀਲਿਆ, ਜਾਊਗਾ ਰਮਣੇ ਨੂੰ 1,00,000 ਚਮਕੀਲਿਆ ਚਮਕੀਲਾ। ਆਸਟਰੀਆ ਕਹਿੰਦੇ ਕਬੱਡੀ ਦਾ ਵੱਡਾ ਆਸ਼ਕ ਆਸਟਰੀਆ ਵਿੱਚ ਬੈਠਾ ਤੇ 1,00,000 ਰੁਪਈਆ
ਰਮਣੇ ਨੂੰ ਕਹਿੰਦੇ ਗੜੀ ਦੇ ਕਬੱਡੀ ਕੱਪ ਤੇ ਦਿੱਤਾ ਜਾਣਾ। ਓਏ ਬਲੀ ਦਾਜ ਦੀ ਚੜ੍ਹਨ ਧੀਆ, ਸੁੱਗੇ ਬਾਲਾ ਵੀ ਰੱਬ ਅੱਗੇ ਅਰਦਾਸ ਕਰਦਾ ਹੈ, ਇਹ ਸੱਸਾਂ ਦੀ ਗੁੱਤ ਨਾ ਫੜਨ ਧੀਆ। ਸੁੱਗੇ ਬਾਲਾ ਵੀ ਰੱਬ ਅੱਗੇ ਅਰਦਾਸ ਕਰਦਾ ਹੈ, ਇਹ ਸੱਸਾਂ ਦੀ ਗੁੱਤ ਨਾ ਫੜਨ ਧੀਆ। ਜਾਣੀ ਗੱਡੀ ਕੁੰਦੀ ਗਾਡਰ ਵੜ ਦਿੰਦੀ ਹੈ। ਬਹੁਤ ਤਕੜਾ ਮੁਕਾਬਲਾ ਕਹਿੰਦੇ ਸਿਰੇ ਦਾ ਖੇਡ ਦੇ ਮੈਦਾਨ ਵਿੱਚ ਚੱਲ ਰਿਹਾ। ਉਧਰਲੇ ਪਾਸੇ ਸੁਖਵਿੰਦਰ ਕੌਰ, ਸੁੱਕੇ ਬੱਛੋ ਆਣੀਆਂ ਮੈਂ ਨਾ ਚਮਕਾਉਣਾ ਪੂਰਾ ਖੇਡ ਮੈਦਾਨਾਂ ਦੇ ਵਿੱਚ ਆ ਕੇ, ਬੱਛੋ ਆਣੀਆਂ ਮੈਂ ਨਾ ਚਮਕਾਉਣਾ ਪੂਰਾ ਖੇਡ ਮੈਦਾਨਾਂ ਦੇ ਵਿੱਚ ਆ ਕੇ। ਨਹੀਂ ਰੀਸਾਂ ਬੱਲੇ ਬੱਲੇ ਕਬੱਡੀ ਦੇ ਖੇਡ ਮੈਦਾਨ ਅੰਦਰ ਤੇ ਪੁਆਇੰਟ, ਕਿਸੇ ਨੂੰ ਲੱਗ ਜੇ ਖੰਘ ਬਨੌਟੀ ਤੇ ਖੰਘ ਹਟਾਉਣੀ ਪੈਂਦੀ ਹੈ, 21 ਪਾਉਂਡ ਸ਼ਰੀਕ ਦਾ ਕੱਤੀ ਪਾਉਣੀ ਪੈਂਦੀ ਹੈ। ਚਾਰਾਂ ਤੇ ਪਈ ਹੋਈ ਚੜ ਕੇ ਕਬੱਡੀ ਤੇ ਆਪਾਂ ਤੱਕਾਂਗੇ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ। ਅੱਜ ਵੇਖਦਾ ਜਮਾਨਾ ਸਾਰਾ ਖੜ 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 ਕੇ। ਨਹੀਂ ਰੀਸਾਂ ਮਾਰਿਆ ਕਿ ਨਹੀਂ ਚਲਾ ਕੇ, ਜਿਸਦਾ ਕਿਹਾ ਜਵਾਕ ਸਕੂਲੋਂ ਆ ਕੇ ਪ੍ਰਧਾਨ ਸਾਹਿਬ ਬੂਟ ਜਰਾ ਬਾਲਾ ਲਾ ਸੁੱਟਦਾ। ਤੇ ਸਾਧੂ ਹੁੰਦੇ ਨੇ ਸਰੂਪ ਸੱਚੇ ਰੱਬ ਦਾ, ਭਲਾ ਮੰਗਦੇ ਨੇ ਤੇ ਸਾਰੇ ਜੱਗ ਦਾ ਕਿ ਜੱਗ ਤਾਈ ਤਾਰ ਦਿੰਦੇ ਨੇ। ਬੇਗਾ ਜਿਹਦੇ ਉੱਤੇ ਮਾਰਦੇ ਨੇ ਸੁਗਿਆ ਕੁੱਲਾਂ ਨੂੰ ਸਵਾਰ ਦਿੰਦੇ ਨੇ, ਕਿ ਕੁੱਲਾਂ ਨੂੰ ਸਵਾਰ ਦਿੰਦੇ ਨੇ। ਅੱਜ ਪੂਰੇ ਖੁਸ਼ ਨੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਕੱਤਰ ਸਿੰਘ ਜੀ ਬੱਬੂ। ਉਧਰਲੇ ਪਾਸੇ ਰਾਮ ਬਲ ਤੇਰੀ ਕਬੱਡੀ ਪਾ ਰਹੀ ਹੈ ਸਰਦਾਰ ਗੁਰਮੀਤ ਸਿੰਘ ਜੀ ਆੜਤੀਆ ਸਾਹਿਬ, ਸਰਦਾਰ ਸਕੱਤਰ ਸਿੰਘ ਜੀ ਗਿੱਲ ਸਾਹਿਬ, ਸਰਦਾਰ ਰਣਜੀਤ ਸਿੰਘ ਜੀ ਗਿੱਲ, ਸਰਦਾਰ ਦਵਿੰਦਰ ਸਿੰਘ ਜੀ ਗਿੱਲ, ਸਰਦਾਰ ਰਣਜੀਤ ਸਿੰਘ ਜੀ ਰਾਣਾ, ਸਰਦਾਰ ਅਜੀਤ ਸਿੰਘ ਜੀ ਰੰਧਾਵਾ, ਸਰਦਾਰ ਬਲਜੀਤ ਬਲਵਾਨ ਦੇ ਲੀੜੇ ਲਾਉਣੇ ਹੁੰਦਾ ਨੀ ਕੰਮ ਠੀਕ। ਸੁੱਗਾ ਸਾਹਿਬ 5000 ਰੁਪਇਆ ਕਲੱਬ ਵਾਸਤੇ ਹੈ। ਲਾਓ ਲੁਧਰਾਂ ਦੀ ਸੰਦੀਪ ਤੇ ਮੀਨੂ ਦੀ ਕਬੱਡੀ ਹੈ, ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ। ਕਿਹੜੀ ਟੀਮ ਲੈ ਸੁੱਗਿਆ ਜਿੱਤ ਗਈ ਇੱਕ ਵਾਰੀ? ਇਹਦੇ ਚ 33.5 ਪੁਆਇੰਟ ਹਰਿਆਣੇ ਦੇ ਹੈ, 33.5 ਪੰਜਾਬ ਦੇ ਹੈ ਤੇ 33.5 ਹਰਿਆਣੇ ਦੇ ਹੈ। ਉਹ ਤਾੜੀ ਮਾਰ ਕੇ ਮੇਰੇ ਵੀਰ ਇੱਕ ਵਾਰੀ ਸਵਾਦ ਆ ਗਿਆ, ਤਾੜੀ ਮਾਰ ਦਿਓ।